ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਹੁਤੇ ਵਿਦਿਆਰਥੀ ਜਿਹੜੇ ਹੈਗੇ ਉਹ ਮਈ ਇਨਟੇਕ ਵਿੱਚ ਮਈ 2018 ਵਿੱਚ ਚਲੇ ਗਏ, ਉਹਨਾਂ ਦੇ ਬੈਂਡ ਕੱਟ ਸਨ ਅਤੇ ਕਿਸੇ ਮਡਿਊਲ 'ਚੋਂ ਬੈਂਡ ਕੱਟ ਹੋਣ ਕਰਕੇ ਉਹਨਾਂ ਦੇ ਵਕੀਲਾਂ ਨੇ ਉਹਨਾਂ ਨੂੰ ਭੇਜਤਾ। ਪਰ ਜਦੋਂ ਮੇਰੀ ਵੀਡੀਓ ਦੇਖ ਰਹੇ ਹਨ ਕਿ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਨਾਂ ਕਾਲਜਾਂ 'ਚ ਨਹੀਂ ਮਿਲ ਰਿਹਾ ਤਾਂ ਉਹ ਬੜੇ ਵਿਚਾਰੇ ਉਦਾਸ ਹੋ ਰਹੇ ਹਨ। ਮੈਂ ਉਹਨਾਂ ਸਟੂਡੈਂਟ ਨੂੰ ਇਹ ਕਹਿਣਾ ਚਾਹਾਂਗਾ ਵੀ ਦੇਖੋ ਬੱਚਿਓ, ਤੁਸੀਂ ਹੁਣ ਉੱਧਰ ਪਹੁੰਚ ਹੀ ਗਏ ਹੋ ਅਤੇ ਤੁਸੀਂ ਉੱਧਰ 1.5 ਸਾਲ ਰਹਿਣਾ ਹੀ ਹੈ, ਤਾਂ ਇੱਕ ਤੁਹਾਨੂੰ ਸੁਜੈਸ਼ਨ ਹੈ ਕਿ ਤੁਸੀਂ ਨੋਨ SDS ਕਾਲਜ ਦੇ ਵਿੱਚ ਜਾ ਫਸੇ ਹੋ ਅਤੇ ਤੁਹਾਨੂੰ ਐਕਚੁਅਲੀ ਕੀ ਸੀ, ਤੁਹਾਨੂੰ ਮਿੱਠਾ ਜ਼ਹਿਰ ਚੰਗਾ ਲੱਗਦਾ ਸੀ, ਕੈਨੇਡਾ ਜਾਣਾ ਚੰਗਾ ਲੱਗਦਾ ਸੀ, ਹੁਣ ਤੁਸੀਂ ਉੱਥੇ ਕੰਮ ਵੀ ਕਰ ਰਹੇ ਹੋ, ਕਿਸ ਤਰ੍ਹਾਂ ਮੁਸ਼ਕਿਲ ਦੇ ਵਿੱਚ ਆ ਰਹੇ ਹੋ, ਤਾਂ ਦਿਮਾਗ 'ਤੇ ਬੋਝ ਨਾ ਰੱਖੋ, ਨਾ ਆਪਣੇ ਮਾਂ ਪਿਓ ਨੂੰ ਬੋਝ ਦਿਓ। ਮੇਰੀ ਮੰਨੋ ਤਾਂ ਤੁਸੀਂ ਇੱਥੇ IELTS ਦੀ ਡੇਟ ਬੁੱਕ ਕਰ ਲਓ 6 ਮਹੀਨੇ ਨੂੰ, 8 ਨੂੰ, ਤਾਂ ਇਹਦੇ ਨਾਲ ਕੀ ਹੋਊਗਾ ਕਿ ਕੋਈ ਦੁਨੀਆ ਇੱਧਰ ਦੀ ਉੱਧਰ ਨਹੀਂ ਹੋਣੀ। ਤੁਸੀਂ ਜਿੱਥੇ 5.5 ਬੈਂਡ ਕਿਸੇ ਮਡਿਊਲ 'ਚ ਰਹੇ ਆ ਉਹਦੇ 6 ਵੀ ਹੋ ਜਾਣਗੇ, ਕਿਉਂਕਿ ਉੱਥੇ ਤੁਸੀਂ ਇੰਟਰੈਕਟ ਕਰੋਗੇ, ਸ਼ੋਪਿੰਗ ਕੰਪਲੈਕਸ ਵਿੱਚ ਅੰਗਰੇਜ਼ਾਂ ਨੂੰ ਇੰਗਲਿਸ਼ ਬੋਲੋਗੇ, ਹਰ ਚੀਜ਼ 'ਚ ਤੁਸੀਂ ਇੰਗਲਿਸ਼ ਵਰਤ ਰਹੇ ਹੋ। ਇਸ ਕਰਕੇ ਇੰਡੀਆ ਦਾ ਕਲਚਰ ਅਤੇ ਉੱਥੋਂ ਦੇ ਕਲਚਰ 'ਚ ਬੜਾ ਫਰਕ ਹੈ। ਇਹ ਤੁਸੀਂ ਤੁਹਾਡਾ ਸੋਚਣਾ ਕਿ ਉੱਥੇ ਜਾ ਕੇ ਤੁਹਾਡੇ ਜਿਹੜਾ ਕੌਂਸਲਰ ਹੋਏਗਾ ਅੰਗਰੇਜ਼ ਹੋਏਗਾ ਅਤੇ ਉਹ ਤੁਹਾਡੇ ਬੈਂਡ ਕਟਾ ਦੇਗਾ, ਬਿਲਕੁਲ ਇਹ ਨਾ ਸੋਚਣਾ। IDP ਹੋ ਜੇ, ਚਾਹੇ ਬ੍ਰਿਟਿਸ਼ ਕੌਂਸਲ ਹੈ, ਚਾਹੇ ਉਹ ਇੰਡੀਆ, ਚਾਹੇ ਲੰਡਨ ਹੈ, ਚਾਹੇ ਕੈਨੇਡਾ, ਉਹਨਾਂ ਦਾ ਸਟੈਂਡਰਡ ਉਵੇਂ ਹੀ ਰਹਿੰਦਾ, ਕੋਈ ਫਰਕ ਨਹੀਂ ਪੈਂਦਾ। ਉਹ ਤੁਹਾਡੀ ਜਿਹੜੀ ਲੈਂਗੁਏਜ ਸਪੀਕਿੰਗ ਹੈ ਉਸਨੂੰ ਸੁਭਾਵਕ ਹੀ ਉਵੇਂ ਹੀ ਲੈਣਗੇ। ਇਹ ਦਿਮਾਗ 'ਚ ਨਾ ਰੱਖੋ ਕਿ ਉਹ ਤੁਹਾਡੇ ਨਾਲ ਪਾਰਸ਼ੀਐਲਿਟੀ ਕਰ ਲੈਣਗੇ ਜਾਂ ਤੁਹਾਡੇ ਬੈਂਡ ਉੱਥੇ ਇੰਡੀਆ 'ਚ 5.5 ਆਏ ਅਤੇ ਇੱਥੇ 3.5 ਰਹਿ ਜਾਣਗੇ, ਇਵੇਂ ਨਾ ਸੋਚੋ। ਆਸ਼ਾਵਾਦੀ ਬਣੋ, ਓਪਟੀਮਿਸਟਿਕ ਬਣੋ ਅਤੇ SDS ਕਾਲਜ, ਨੋਨ SDS ਕਾਲਜ ਜਾਂ ਫਸੇ ਹੋ ਤਾਂ ਬੈਂਡ ਚੰਗੇ ਲੈ ਕੇ ਬਾਅਦ 'ਚ ਉਹਦੇ 'ਚ ਟ੍ਰਾਂਸਫਰ ਕਰ ਦਿਉ। ਉਹਦੇ 'ਚ ਕੀ ਹੋਣ ਲੱਗਿਆ, ਉਹਦੇ 'ਚ ਤੁਸੀਂ ਪਹਿਲਾਂ ਬੈਂਡ ਤਾਂ ਆਪਣੇ ਲਓ। ਧੰਨਵਾਦ ਦੋਸਤੋ, ਅਗਰ ਚੰਗਾ ਲੱਗਿਆ ਲਾਈਕ ਠੋਕ ਦੇਣਾ ਅਤੇ ਸ਼ੇਅਰ ਕਰਨਾ ਆਪਣੇ ਗਰੁੱਪਾਂ ਦੇ ਵਿੱਚ। ਅਤੇ ਮੇਰਾ ਕਿਸੇ ਵੀ ਕਾਲਜ ਨਾਲ ਦੁਵੇਸ਼ ਨਹੀਂ ਹੈ, ਮੇਰਾ ਤਾਂ ਆਪਣੇ ਪੰਜਾਬੀਆਂ ਅਤੇ ਇੰਡੀਅਨਸ ਜਿਹੜੇ ਗਏ ਹੈ ਉਹਨਾਂ ਦੀ ਦੁਰਦਸ਼ਾ ਦੇਖਦੇ ਹੋਏ ਫੋਨ ਕਾਲ ਦੀ ਫੀਡਬੈਕ ਦੇ ਉੱਪਰ ਮੈਂ ਇਹ ਚੀਜ਼ ਦੱਸੀ ਹੈਗੀ। ਦੂਸਰੀ ਗੱਲ, ਮੈਂ ਡਿਸਕਲੇਮਰ ਕਰਦਾ, ਮੈਂ ਕੋਈ ਅਟੋਰਨੀ ਨਹੀਂ, ਵਕੀਲ ਨਹੀਂ ਹੈ, ਮੈਂ ਤਾਂ ਸਿੰਪਲ ਇਨਫੋਰਮੇਸ਼ਨ ਦੇ ਰਿਹਾ ਹੈਗਾ, ਤੁਹਾਡਾ ਦਾਸ ਹੈਗਾ। ਮੇਰਾ ਫੋਨ ਨੰਬਰ ਹੈ 9872468540, ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਮੈਡੀਕੋ ਟੈਕਨੀਕਲਸ, ਵੇਰਕਾ ਮਿਲਕ ਪਲਾਟ ਦੇ ਨੇੜੇ ਸਰੰਦ ਰੋਡ, ਗਲੀ ਨੰਬਰ 4, ਪਟਿਆਲਾ ਵਿੱਚ ਸਥਿਤ ਹੈ, ਜਿੱਥੇ ਤੁਸੀਂ ਅਲੱਗ ਅਲੱਗ ਕਿਸਮ ਦੇ ਐਜੂਕੇਸ਼ਨ ਨਾਲ ਸੰਬੰਧਿਤ ਲਾਈਟ ਹੈਲਥ ਤੋਂ ਲੈ ਕੇ ਹਰ ਕਿਸਮ ਦਾ ਕੋਰਸ ਕਰ ਸਕਦੇ ਹੋ। ਧੰਨਵਾਦ ਦੋਸਤੋ।